ਮੈਨੂੰ ਕਹਿੰਦੀ ਤੁਸੀਂ ਸਾਰਾ ਦਿਨ ਟਰੈਕਟਰਾਂ ਦੀਆਂ ਫੋਟੋਆਂ ਪਾਉਂਦੇ ਹੋ, ਆਪਣੇ ਆਪ ਨੂੰ ਜੱਟ ਖਵਾਉਂਦੇ ਹੋ। ਮੈਂ ਕਿਹਾ ਬੀਬਾ, ਅਸੀਂ ਸਾਰੀ ਦੁਨੀਆਂ ਨੂੰ ਰੋਟੀ ਖਵਾਉਣ ਲਈ ਕੰਮ ਛੇਤੀ ਕਰਦੇ ਹਾਂ। ਮਾਂ ਨਾਲ ਕਹੀਦਾ ਬੀਬਾ ਅਸੀਂ ਖੇਤੀ ਕਰਦੇ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਟੈਕਸ ਮੇਲਾ ਚੈਨਲ 'ਚ। ਅਤੇ ਅੱਜ ਅਸੀਂ ਲੈ ਕੇ ਹਾਂ 41 ਮਰਲਿਆਂ ਦਾ ਪਲਾਟ ਵਿਕਾਊ ਹੈ ਜੀ, ਮੇਨ ਰੋਡ ਦੇ ਨਾਲ ਜਿਹੜਾ ਗੁਰਦਾਸਪੁਰ ਨੂੰ ਜਾਂਦਾ। ਏਰੀਆ ਪਿੰਡ ਨੌਸ਼ੇਰਾ ਪੱਤਨ ਮੁਕੇਰੀਆਂ। ਰੇਟ ਮੰਗੇ ਜੀ 1,00,000 ਮਰਲੇ ਦਾ। 41 ਮਰਲਿਆਂ ਦਾ ਪਲਾਟ ਵਿਕਾਊ ਹੈ ਜੀ, ਮੇਨ ਰੋਡ ਦੇ ਨਾਲ ਜਿਹੜਾ ਗੁਰਦਾਸਪੁਰ ਨੂੰ ਜਾਂਦਾ। ਏਰੀਆ ਪਿੰਡ ਨੌਸ਼ੇਰਾ ਪੱਤਨ ਮੁਕੇਰੀਆਂ। ਰੇਟ 1,00,000 ਮਰਲੇ ਦਾ। 84371 34 868 ਇਸ ਨੰਬਰ 'ਤੇ ਫੋਨ ਕਰਕੇ ਪਲਾਟ ਖਰੀਦ ਸਕਦੇ ਹੋ। ਜਿਹੜੇ ਵੀਰ ਵਧੀਆ ਕਮੈਂਟ ਕਰਦੇ ਨੇ ਉਹਨਾਂ ਨਾਮ ਅਸੀਂ ਵੀਡੀਓ 'ਚ ਅਨਾਊਂਸ ਕਰਦੇ ਹਾਂ, ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ 98778 98 84 46, ਵੀਡੀਓ ਜਮ੍ਹਾਂ ਥੱਲੇ ਚਿੱਟੇ ਅਕਸ਼ਰਾਂ ਸ਼ੋ ਹੋ ਰਿਹਾ, ਉਸ ਨੰਬਰ 'ਤੇ 5 ਤੋਂ 7 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ। ਆਪਣੀ ਕਿਸੇ ਵੀ ਤਰ੍ਹਾਂ ਦੀ ਐਡ ਸਾਡੇ ਚੈਨਲ 'ਤੇ ਕਰਵਾ ਸਕਦੇ ਹੋ, ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੀ। ਅੱਗੇ ਗੱਲ ਕਰਦੇ ਹਾਂ। ਵਧੀਆ ਪੱਕਾ ਘਰ ਵਿਕਾਊ ਹੈ ਜੀ, ਰੇਟ ਮੰਗਿਆ 6,00,000। ਏਰੀਆ ਫਤਿਹਾਬਾਦ ਤਰਨ ਤਾਰਨ। ਵਧੀਆ ਪੱਕਾ ਘਰ ਵਿਕਾਊ ਹੈ, ਰੇਟ ਮੰਗੇ 6,00,000। ਏਰੀਆ ਫਤਿਹਾਬਾਦ ਤਰਨ ਤਾਰਨ। 78141 73 479 ਇਸ ਨੰਬਰ 'ਤੇ ਫੋਨ ਕਰਕੇ ਤੁਸੀਂ ਘਰ ਖਰੀਦ ਸਕਦੇ ਹੋ। ਜਿਹੜੇ ਵੀਰ ਸਾਡੇ ਚੈਨਲ ਦੇ ਨਾਲ ਜੁੜੇ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ, ਉਹਨਾਂ ਵੀਰਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜਿਹੜੇ ਵੀਰ ਨਵੇਂ ਆ, ਸਬਸਕ੍ਰਾਈਬ ਬਟਨ ਦੱਬ ਕੇ ਸਾਈਡ 'ਤੇ ਘੰਟੀ ਦਾ ਬਟਨ ਉਸਨੂੰ ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਪਾਈ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਅਤੇ ਤੁਸੀਂ ਸਾਡੀ ਇੱਕ ਵੀ ਵੀਡੀਓ ਮਿਸ ਨਾ ਕਰੋ। ਅੱਗੇ ਗੱਲ ਕਰਦੇ ਹਾਂ ਜੀ। 10 ਮਰਲਿਆਂ ਦੇ ਵਿੱਚ ਨਵਾਂ ਤਿਆਰ ਘਰ ਵਿਕਾਊ ਹੈ, ਰੇਟ ਫੋਨ 'ਤੇ ਦੱਸਣਗੇ। ਏਰੀਆ ਪਿੰਡ ਫੂਲੇ ਵਾਲਾ, ਨੇੜੇ ਬਾਘਾ ਪੁਰਾਣਾ, ਮੋਗਾ। 10 ਮਰਲਿਆਂ 'ਚ ਨਵਾਂ ਘਰ ਤਿਆਰ ਵਿਕਾਊ ਹੈ ਜੀ, ਰੇਟ ਫੋਨ 'ਤੇ ਦੱਸਣਗੇ। ਏਰੀਆ ਪਿੰਡ ਫੂਲੇ ਵਾਲਾ, ਨੇੜੇ ਬਾਘਾ ਪੁਰਾਣਾ, ਮੋਗਾ। 78141 24 743 ਇਸ ਨੰਬਰ 'ਤੇ ਫੋਨ ਕਰਕੇ ਘਰ ਖਰੀਦ ਸਕਦੇ ਹੋ। ਅਤੇ ਅੱਗੇ ਗੱਲ ਕਰਦੇ ਕਮੈਂਟਾਂ ਦੀ। ਇੰਦਰਜੀਤ ਨੇ ਲਿਖਿਆ ਅੱਤ ਵੀਡੀਓ, ਸੋਨੂੰ ਭਾਜੀ ਨੇ ਲਿਖਿਆ ਗੁੱਡ, ਦੀਪ ਸਿੰਘ ਨੇ ਲਿਖਿਆ ਗੁੱਡ, ਕੁਲਦੀਪ ਸਿੰਘ ਨੇ ਲਿਖਿਆ ਨਾਈਸ ਜੀ। ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਮੀਦ ਕਰਦੇ ਹਾਂ ਤੁਸੀਂ ਸਾਡੇ ਚੈਨਲ ਨੂੰ ਅੱਗੇ ਤੋਂ ਵੀ ਇੱਦਾਂ ਹੀ ਪਿਆਰ ਦਿੰਦੇ ਰਹੋਗੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਆ ਕਰੋ, ਅਤੇ ਨਾਲ ਨਾਲ ਐਡਾਂ ਭੇਜਿਆ ਕਰੋ, ਤਾਂ ਕਿ ਤੁਸੀਂ ਆਸਾਨੀ ਦੇ ਨਾਲ ਘਰ ਬੈਠੇ ਸੰਦ ਜ਼ਮੀਨ ਪਲਾਟ ਵੇਚ ਅਤੇ ਖਰੀਦ ਸਕੋ। ਅਤੇ ਨਾਲ ਨਾਲ ਡਿਟੇਲ ਪੂਰੀ ਭੇਜਿਆ ਕਰੋ, ਤਾਂ ਕਿ ਤੁਹਾਡਾ ਸੰਦ ਜਾਂ ਪਸ਼ੂ ਕਿਸੇ ਵੀ ਤਰ੍ਹਾਂ ਦੀ ਚੀਜ਼ ਛੇਤੀ ਤੋਂ ਛੇਤੀ ਸੇਲ ਹੋ ਸਕੇ। ਹਾਂਜੀ ਭਾਅ ਜੀ, ਇਹ ਪਿੰਡ ਨਵਾਂ ਗਰਾਉਂ ਜੀ, ਨੇੜੇ ਚੰਡੀਗੜ੍ਹ, ਪੀਜੀਆਈ ਤੋਂ ਬੈਕ ਸਾਈਡ ਹੈ ਜੀ, ਤੇ ਪਲਾਟ ਦਾ ਸਾਈਜ਼ ਹੈਗਾ ਜੀ 25x55। ਕੀਮਤ ਹੈਗੀ ਜੀ 25,00,000 ਰੁਪਏ, 5,00,000 ਰੁਪਏ ਮਰਲਾ ਜੀ। ਚੰਡੀਗੜ੍ਹ ਇੱਥੋਂ 0 ਕਿਲੋਮੀਟਰ ਹੈ ਜੀ, ਤੇ ਰੋਡ ਤੋਂ 110 ਫੁੱਟ ਛੱਡ ਕੇ ਪਲਾਟ ਹੈ ਜੀ, ਕਮੇਟੀ ਦੇ ਅੰਦਰ ਆਉਂਦਾ ਹੈ ਜੀ, ਤੇ ਆਹ ਜਿਹੜਾ ਰੋਡ ਹੈ ਅੱਗੇ ਨੂੰ ਸ਼ਿਮਲੇ ਨੂੰ ਟੱਚ ਹੋਣਾ ਹੈ ਜੀ, ਇਹ ਬੜਾ ਰੋਡ ਬਣਨਾ ਹੈ, ਲੋਕੇਸ਼ਨ ਹੈ ਤਾਂ ਬਿਲਕੁਲ ਹੀ ਜਾਇਜ਼ ਰੇਟ ਹੈ ਜੀ। ਓਕੇ, ਆਹ ਰੋਡ ਹੈ ਜੀ, ਇਹ ਸਿੱਧਾ ਰੋਡ ਪੀਜੀਆਈ ਨੂੰ ਮਿਲਦਾ ਹੈ ਜੀ, ਇਹ ਬਹੁਤ ਵਧੀਆ ਚੀਜ਼ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੱਝ ਵਿਕਾਊਗਾ 7 ਕਿਲੋ ਦੁੱਧ ਆ,
ਇੱਕ ਮਹੀਨਾ ਗਾਂ ਆ ਸੂਈ ਨੂੰ ਹੋ ਗਿਆ, 3 ਮਹੀਨਿਆਂ ਦੀ ਸੂਈ ਆ, ਥਣ 3 ਅਤੇ ਥਣ 3 ਨੇ, 7 ਕਿਲੋ ਦੁੱਧ ਆ, 33,000 ਰੁਪਇਆ ਮੁੱਲੇ ਦਾ ਰੱਖਿਆ ਜੀ। ਹਾਂਜੀ, ਜੇ ਕਿਸੇ ਵੀਰ ਨੂੰ ਚਾਹੀਦੀ ਹੋਵੇ ਤਾਂ ਜਦੋਂ ਮਰਜ਼ੀ ਮੈਨੂੰ ਫੋਨ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਹੋ। 98723-82-7-67, 98723-82-7-67। ਹਾਂਜੀ, ਇਹ ਨੰਬਰ 'ਤੇ ਜਦੋਂ ਮਰਜ਼ੀ ਮੇਰੇ ਨਾਲ ਗੱਲ ਕਰ ਸਕਦੇ ਹੋ। ਜੋ ਸਾਂਝ ਸੁਸਾਇਟੀ ਪੰਜਾਬ ਵੱਲੋਂ ਪਿੰਡਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਸਟੋਰ ਖੋਲ੍ਹੇ ਜਾ ਰਹੇ ਆ, ਅਤੇ ਕਿਉਂਕਿ ਅੱਜ ਕਿਸਾਨ ਦਾ ਫਸਲ ਦੀ ਖੁਦ ਮੰਡੀਕਰਨ ਨਾ ਹੋਣ ਕਰਕੇ ਜਿਹੜਾ ਕਿਸਾਨ ਅੱਜ ਦੁੱਖਾਂ 'ਚ ਆ, ਨੌਜਵਾਨ ਬੇਰੁਜ਼ਗਾਰ ਨੇ, ਡੁਪਲੀਕੇਸੀ ਇੰਨੀ ਜ਼ਿਆਦਾ ਹੋ ਗਈ ਆ, ਹਰੇਕ ਬੰਦਾ ਜਿਹੜਾ ਉਹ ਬਿਮਾਰੀਆਂ ਨਾਲ ਘਿਰਿਆ ਹੋਇਆ। ਅਸੀਂ ਸਾਂਝ ਸੁਸਾਇਟੀ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ, ਫਰੀਦਕੋਟ ਓਲਡ ਕੈਂਟ ਰੋਡ 'ਤੇ ਜੋ ਸਾਡਾ ਸਟੋਰ ਖੋਲ੍ਹਿਆ, ਸਾਡੇ ਮਤਲਬ ਹੈ ਵੀ ਜਿਹੜਾ ਸਾਡੀਆਂ ਬੀਬੀਆਂ ਨੇ, ਸਾਡੀਆਂ ਭੈਣਾਂ ਨੇ, ਉਹ ਬੈਠੀਆਂ ਜਿਹੜੀਆਂ ਘਰ ਬੈਠੀਆਂ ਕੰਮ ਕਰਨ, ਜਿਹੜੇ ਨੌਜਵਾਨ ਆ ਜਿਹੜੇ ਉਹ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਉਹ ਪਿੰਡਾਂ ਦੇ ਵਿੱਚ ਜਾਣ ਜਿਸ 'ਚ ਕੰਮ ਕਰਨ। ਅਸੀਂ ਤੁਹਾਨੂੰ ਉਸ ਮਾਤਾ ਨਾਲ ਗੱਲ ਕਰਾਉਂਦੇ ਹਾਂ ਜਿਨ੍ਹਾਂ ਨੇ ਇਹ ਸਟੋਰ ਆਪਣੇ ਘਰ ਖੋਲ੍ਹਿਆ ਹੋਇਆ, ਕਿਉਂਕਿ ਇਹਨਾਂ ਨੂੰ ਪੁੱਛਦੇ ਹਾਂ ਵੀ ਜਿਹੜੀ ਸਾਂਝ ਸੁਸਾਇਟੀ ਦੀ ਪੋਲਿਸੀ ਹੈ ਜਾਂ ਸਿਸਟਮ ਆ ਉਹ ਤੁਹਾਨੂੰ ਕਿਹੋ ਜਿਹਾ ਲੱਗਦਾ। ਮਾਤਾ ਜੀ, ਤੁਹਾਨੂੰ ਜਿਹੜਾ ਸਾਂਝ ਸੁਸਾਇਟੀ ਦਾ ਹੈਗਾ, ਜੋ ਸਾਂਝ ਸੁਸਾਇਟੀ ਨੇ ਆਪਾਂ ਸਟੋਰ ਖੋਲ੍ਹੇ ਜਾ ਰਹੇ ਹਾਂ, ਤੁਹਾਨੂੰ ਕਿਵੇਂ ਲੱਗਦਾ? ਬਹੁਤ ਅੱਛਾ ਲੱਗਦਾ ਪੁੱਤ, ਮੈਨੂੰ ਬਹੁਤ ਚੰਗਾ ਹੈ। ਬਾਕੀ ਇੰਨਾ ਵੀ ਆਪਾਂ ਰੱਜ ਕੇ ਰੋਟੀ ਖਾਂਦੇ ਹਾਂ ਤੇ ਠੀਕ ਹੈ, ਬੜੀ ਜਾਣ ਸੌਖੀ ਹੈ। ਨਹੀਂ, ਜਿਵੇਂ ਆਪਾਂ ਸਟੋਰ ਖੋਲ੍ਹਦੇ ਹਾਂ ਬਈ, ਹਰੇਕ ਬੰਦਾ ਸਟੋਰ ਖੁਲਾਉਂਦਾ ਉਹ ਮਾਲਕ ਨਹੀਂ ਬਣਾਉਂਦਾ, ਜਿਹੜਾ ਸਾਂਝ ਸੁਸਾਇਟੀ ਨੇ ਇੱਕ ਹਰੇਕ ਬੰਦੇ ਨੂੰ ਮਾਲਕ ਬਣਾਇਆ, ਤੁਸੀਂ ਇਸ ਚੀਜ਼ ਦੇ ਨਾਲ ਪੂਰੇ ਸਹਿਮਤ ਆ? ਜਿਵੇਂ ਤੁਸੀਂ ਆਪਣੀ ਜਿਹੜੀ ਹਿੱਸੇਦਾਰੀ ਸੁਸਾਇਟੀ 'ਚ ਪਾਈ ਆ ਅਤੇ ਨਾਲ ਆਪਣੇ ਘਰ ਤੁਸੀਂ ਕੰਮ ਵੀ ਕਰ ਰਹੇ ਹਾਂ, ਲੇਕਿਨ ਤੁਹਾਨੂੰ ਇਹਦੇ ਬਾਰੇ ਕਿਵੇਂ ਬਈ, ਠੀਕ ਲੱਗਿਆ ਤੁਹਾਨੂੰ? ਮੈਨੂੰ ਤਾਂ ਬਹੁਤ ਚੰਗਾ ਲੱਗਿਆ ਪਤਾ। ਹਾਂਜੀ, ਬੜੇ ਚੰਗਾ ਲੱਗਿਆ ਅਤੇ ਬੜੇ ਹੀ ਦੂਜਾ ਨਾਲ ਕੇ ਆਪਦਾ ਰੱਜ ਕੇ ਰੋਟੀ ਖਾਂਦੇ ਹਾਂ, ਇਹਦੇ 'ਚ ਬੱਚੇ ਨੌਜਵਾਨ ਜਿਹੜੇ ਪੈਂਦੇ ਬੇਰੁਜ਼ਗਾਰ ਘਰ ਦੇ ਵਿੱਚ ਉਹ ਅੱਜ ਆਨੰਦ ਮਾਣਦਾ ਠੀਕ ਹੈ ਨਾ, ਅਤੇ ਹੋਰ ਵੀ ਭੈਣਾਂ ਭਾਈ ਰਲਣ ਰਲ ਕੇ ਇਹ ਆਪਾਂ ਕੰਮ ਜ਼ਿਆਦਾ ਕਰੀਏ। ਜਿਹੜਾ ਜੈਵਿਕ ਖੇਤੀ ਦਾ ਕੰਮ ਸ਼ੁਰੂ ਕੀਤਾ ਵੀ ਸੁਸਾਇਟੀ ਦਾ, ਜਿਹੜਾ ਜੈਵਿਕ ਖੇਤੀ ਹੈ, ਜੇ ਜ਼ਹਿਰੀਲੀਆਂ ਚੀਜ਼ਾਂ ਮਿਲਦੀਆਂ ਬਾਜ਼ਾਰ ਦੇ ਵਿੱਚੋਂ, ਇਹ ਆਪਣੇ ਸਾਂਝ ਸਟੋਰ ਤੋਂ ਜਿਹੜਾ ਸਮਾਨ ਹੋਰ ਵੀ ਤੁਹਾਡੇ ਕੋਲ ਗਾਹਕ ਖਰੀਦਣ ਆਉਂਦੇ ਆ, ਨਾਲੇ ਤੁਸੀਂ ਆਪਦੇ ਘਰ ਖਾਂਦੇ ਆ ਜੋ ਵੀ ਲੈਂਦੇ ਹਾਂ ਪ੍ਰੋਡਕਟ ਖਰੀਦਦੇ ਆ, ਲੇਕਿਨ ਤੁਹਾਨੂੰ ਇਹ 'ਚ ਕਿਵੇਂ ਲੱਗੇ ਪ੍ਰੋਡਕਟ ਸਾਡੇ? ਇਹ ਪੁੱਤ ਬਹੁਤ ਚੰਗਾ ਲੱਗਿਆ ਸਾਨੂੰ, ਤੋਂ ਰੇਹ ਸਪਰੇਅ ਤੋਂ ਬਹੁਤ ਬਚੇ ਹੋ, ਉਦੇ ਦੇ ਜਦੋਂ ਸਾਲ ਹੋ ਗਿਆ ਦੁਕਾਨ ਖੁੱਲ੍ਹੀ ਨੂੰ, ਗੋਡੇ ਟਿੱਕਿਆਂ ਤੋਂ ਵੀ ਬਹੁਤ ਫਰਕ ਪੈ ਗਿਆ, ਜਿਹੜੀ ਚੀਜ਼ ਬਿਨਾਂ ਰੇਹ ਸਪਰੇਅ ਤੋਂ ਖਾਂਦੇ ਹਾਂ ਅਸੀਂ, ਤੇਲ ਹੋਰ ਸਾਰੀਆਂ ਚੀਜ਼ਾਂ ਗੁੜ ਹਰ ਇੱਕ ਚੀਜ਼ ਅਸੀਂ, ਸਾਨੂੰ ਤਾਂ 1 ਸਾਲ ਹੋ ਗਿਆ, ਸਾਡਾ ਤਾਂ ਬਹੁਤ ਫਰਕ ਪੈ ਗਿਆ। ਅੱਛਾ ਜੀ, ਜਿਹੜੇ ਕਸਟਮਰ ਹੋਰ ਵੀ ਆਉਂਦੇ ਆ, ਕਿਸਾਨ ਇੱਥੋਂ ਪੱਕੇ ਆਪਣੇ ਨਾਲ ਮੈਂਬਰ ਬਣੇ ਆ, ਉਹ ਤੁਹਾਨੂੰ ਆ ਕੇ ਕੀ ਦੱਸਦੇ ਆ ਵੀ ਜਿਹੜਾ ਸਮਾਨ ਜਿਹੜਾ ਲਗਾਤਾਰ ਹੀ ਆ ਰਹੇ ਆ? ਉਹ ਲਗਾਤਾਰ ਹੀ ਆ ਰਹੇ ਪੁੱਤ, ਕੋਈ ਤਾਂ ਕਹਿੰਦਾ ਦਾਲ ਬਹੁਤ ਅੱਛੀ ਮੂੰਗੀ ਦੀ, ਕੋਈ ਕਹਿੰਦਾ ਸਾਨੂੰ ਚਾਹ ਪੱਤੀ ਬਹੁਤ ਵਧੀਆ ਅੱਛੀ, ਬੋਕੀ ਵੰਡ ਆਉਂਦਾ ਇੱਥੇ ਗਈਆਂ ਹੋਈਆਂ ਦਾ, ਉਹ ਵੰਡ ਵਾਲੇ ਕਹਿੰਦੇ ਵੀ ਬਹੁਤ ਵਧੀਆ ਵੰਡ ਆ ਸਾਨੂੰ, ਬਾਹਰੋਂ ਸਾਨੂੰ ਵੰਡ ਹੋ ਜਾ ਨਹੀਂ ਮਿਲਦਾ। ਜਿਹੜੀ ਜੈਵਿਕ ਚੀਜ਼ਾਂ ਹੈਗੀਆਂ ਬਾਜ਼ਾਰ ਦੇ ਵਿੱਚ, ਜਿਵੇਂ 125 ਰੁਪਏ ਗੁੜ ਵੇਚ ਰਿਹਾ, 100 ਰੁਪਏ 125 ਰੁਪਏ ਵੇਚ ਰਿਹਾ, ਜਿਹੜਾ ਆਪਣਾ ਗੋੜਾ ਜਿਹੜਾ ਉਹ 80 ਰੁਪਏ ਦੇ ਰਹੇ ਆ, ਅਤੇ ਜਾਂ ਦਾਲਾਂ ਦੇ ਰੇਟ ਘੱਟ ਨੇ ਜੈਵਿਕ ਦੇ ਹੋਰ ਬਾਜ਼ਾਰ ਦੇ ਆ, ਉਹਨਾਂ ਨਾਲ ਤੁਹਾਡਾ ਕੀ ਹੈਗਾ ਮੁਕਾਬਲਾ, ਜਿਹੜੇ ਲੋਕ ਕੀ ਦੱਸਦੇ ਆ ਗਏ?
ਉਹ ਬਸ ਦੱਸਦੇ ਇੱਕ ਤਾਂ ਬਾਜ਼ਾਰ ਨਾਲ ਸਾਨੂੰ ਰੇਟ ਘੱਟ ਮਿਲਦਾ ਇੱਥੋਂ ਜਿਹੜੀ ਅਸੀਂ ਚੀਜ਼ ਲੈ ਕੇ ਜਾਂਦੇ ਹਾਂ, ਬਾਕੀ ਇਹ ਚੀਜ਼ ਸਾਨੂੰ ਵਧੀਆ ਬਹੁਤ ਲੱਗਦੀ। ਉੱਥੇ ਅਸੀਂ 100 ਰੁਪਇਆ ਖਰੀਦਦੇ, ਇੱਥੇ 80 ਰੁਪਇਆ ਖਰੀਦਦੇ ਹਾਂ, ਸਾਨੂੰ 20 ਰੁਪਇਆ ਕਿਲੋ ਮਗਰ ਬਹੁਤ ਫਾਇਦਾ। ਅੱਛਾ, ਜਿਹੜੇ ਤੁਸੀਂ ਦੇਖੋ ਵੀ ਜਿਹੜੇ ਗਰੀਬ ਆਦਮੀ ਆ ਉਹ ਜਿਹੜੇ ਕਿੱਥੋਂ ਸਮਾਨ ਖਰੀਦਣਾ, ਕਿਉਂਕਿ ਉਹਨਾਂ ਨੂੰ ਹਰ ਵੇਲੇ ਡੁਪਲੀਕੇਸੀ ਚੀਜ਼ ਮਹਿੰਗੀ ਮਿਲਦੀ ਆ, ਜਿਹੜੇ ਆਪਣੇ ਨਾਲ ਗਰੀਬ ਕਿੰਨੇ ਕੁ ਜੁੜੇ ਹੋਏ ਆ ਸਟੋਰ ਦੇ ਨਾਲ ਮਾਤਾ ਜੀ? ਇਹ ਸਟੋਰ ਨਾਲ ਬਹੁਤ ਆਪਣੇ ਨਾਲ 100% ਦੇ ਨਾਲ 80% ਦੁਨੀਆਂ ਜੁੜਦੀ ਹੈ। ਅੱਛਾ, ਠੀਕ ਹੈ ਮਾਤਾ ਜੀ। ਜਿਹੜਾ ਆਪਾਂ ਇੱਕ ਸਾਂਝ ਸੁਸਾਇਟੀ ਵੱਲੋਂ ਕੈਂਪ ਲਾਇਆ, ਜਿਹੜਾ 15 ਦਿਨਾਂ ਤੋਂ ਘੁੱਦੂ ਵਾਲੇ ਕੈਂਪ ਲਾਉਣੇ, ਜਿਹੜਾ ਸਮਾਨ ਆਪਾਂ ਤਿਆਰ ਕਰਦੇ ਹਾਂ ਉਹਨਾਂ ਦੀ ਦਵਾਈ ਅਸੀਂ ਅੱਖਾਂ ਦੀ ਫਰੀ ਦਿੰਦੇ ਹਾਂ, ਜੇ ਦੂਸਰੀ ਦਵਾਈ ਜਿਹੜੀ ਸਾਂਝ ਸੁਸਾਇਟੀ ਵੱਲੋਂ ਜਿਹੜਾ ਆਪਾਂ ਦਿੰਦੇ ਹਾਂ ਉਹਦੇ ਵਿੱਚ ਵੀ ਤੁਸੀਂ ਕਿਸਾਨ ਲਾਭ ਉਠਾ ਰਹੇ ਆ? ਬੋਲੋ, ਜਿਹੜੇ ਉਹ ਆਪਾਂ ਨੂੰ ਤੁਸੀਂ ਦੱਸਦੇ ਆ ਵੀ ਤੁਸੀਂ ਸਮਾਨ ਲਓ ਇੱਥੋਂ? ਹਾਂਜੀ ਹਾਂਜੀ ਹਾਂ, ਕਹਿੰਦੇ ਦਵਾਈਆਂ ਉੱਥੋਂ ਲਓ ਜਾ ਕੇ, ਉੱਥੋਂ ਵਿਖਾਓ। 15 ਦਿਨ ਕੈਂਪ ਲੱਗਦਾ ਘੁੱਦੂ ਵਾਲੇ, ਹੈ ਉੱਥੇ ਅੱਖਾਂ ਦੀ ਦਵਾਈ ਫ੍ਰੀ ਮਿਲਦੀ ਹੈ, ਬਾਕੀ ਹੋਰ ਬਿਮਾਰੀਆਂ ਬਹੁਤ ਆਪਾਂ ਨੂੰ ਫ੍ਰੀ ਦੇਖਦੇ ਉਹ। ਅਤੇ 15 ਦਿਨਾਂ ਦੇ 15 ਦਿਨ ਜਿਹੜੇ ਕਿਸੇ ਭੈਣ ਭਰਾ ਨੇ ਆਉਣਾ ਉਹ ਇੱਥੇ ਮੇਰੀ ਦੁਕਾਨ 'ਤੇ ਆ ਕੇ ਮੇਰੇ ਨਾਲ ਗੱਲ ਕਰੋ, ਆਪਾਂ ਉੱਥੇ ਪਹੁੰਚ ਕੇ ਦਵਾਈ ਦੇਈਏ ਤੁਹਾਨੂੰ। ਠੀਕ, ਜਿਹੜਾ ਤੁਹਾਡਾ ਬੇਟਾ ਬੇਜਗਰ ਸੀ ਹੁਣ ਇਸ ਟਾਈਮ 'ਤੇ ਉਹਨਾਂ ਨੂੰ ਕੰਮ, ਪੂਰਾ ਕੰਮ 'ਤੇ ਲੱਗਿਆ ਹੋਇਆ? ਹਾਂ ਪੁੱਤ, ਬਹੁਤ ਜ਼ਿਆਦਾ ਕੰਮ 'ਤੇ। ਮੈਂ ਤਾਂ ਕਹਿੰਦੀ ਹਾਂ ਮੈਂ ਰੱਜ ਕੇ ਸੌਣੀ ਰੱਜ ਕੇ ਖਾਂਦੇ ਹਾਂ। ਅੱਛਾ, ਜੁੜੇ ਸਟੱਡੀ ਦੇ ਨਾਲ ਜੁੜਿਆ ਕਰਕੇ ਗੁਰਦੁਆਰਿਆਂ ਦੇ ਨਾਲ ਸਾਨੂੰ ਤਾਂ ਬੜਾ ਆਨੰਦ ਮਾਲਕ ਨੇ ਮਾਰਤਾ। ਪਰ ਹਰ ਇੱਕ ਭੈਣ ਭਰਾ ਆਰਕ ਨੇ ਜਿਹਦੇ ਬੱਚੇ ਬੈਠੇ ਆ ਬੇਰੁਜ਼ਗਾਰ, ਉਹ ਗੁਰਦੁਆਰਿਆਂ ਨਾਲ ਪੜ੍ਹੀਆਂ ਲਿਖੀਆਂ ਕੁੜੀਆਂ ਬੈਠੀਆਂ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਮਾਤਾ ਜੀ? ਅਸੀਂ ਉਹਨਾਂ ਕੁੜੀਆਂ ਨੇ ਕਹਿਣਾ ਚਾਹੁੰਦੇ ਆ ਭਾਈ ਸਾਂਝ ਸੁਸਾਇਟੀ ਨਾਲ ਰਲੋ, ਰਲ ਕੇ ਕੰਮ ਚਲਾਓ ਦੁਕਾਨਾਂ, ਉਹਨਾਂ ਨੇ ਬਣਾ ਕੇ ਦੇਣੀਆਂ ਕਰਕੇ ਦੇਣੀਆਂ ਤੁਹਾਨੂੰ, ਤੇ ਵਿਹਲੀਆਂ ਬੈਠੀਆਂ ਘਰਾਂ ਦੇ ਵਿੱਚ ਕੰਮ ਕਰੋ, ਨਹੀਂ ਮਿਲਦਾ ਉਹਨਾਂ ਦੇ ਨਾਲ ਸਾਂਝ ਸੁਸਾਇਟੀ ਵਾਲਿਆਂ ਦੇ ਨਾਲ ਗੱਲ ਕਰੋ। ਅਤੇ ਜਿਹੜਾ ਅਸੀਂ ਬੀਬੀਆਂ ਨੂੰ ਮਾਤਾ ਜੀ ਦਿੱਤਾ ਹੋਇਆ ਕੰਮ ਆ, ਜਿਹੜੀਆਂ ਚਾਰ ਬਣਾਉਣਾ, ਆਪਾਂ ਪੈਕਿੰਗ ਕਰਨੀ ਆ, ਪਕੌੜੇ ਬਣਾਉਣੇ ਆ, ਸੇਵੀਆਂ ਬਣਾਉਣੀਆਂ, ਜੋ ਵੀ, ਕਿਉਂਕਿ ਬੀਬੀਆਂ ਨੇ ਬਣਾਉਣੀ ਹੁੰਦੀ ਆ, ਅਸੀਂ ਉਹਨਾਂ ਨੂੰ ਵੀ ਕੰਮ ਦਿੱਤਾ। ਤੁਸੀਂ ਗਾਂਹ ਵੱਧ ਤੋਂ ਵੱਧ ਕਿਸਾਨ ਵੀਰ ਜਿਹੜੇ ਆ ਇਹ ਸੁਸਾਇਟੀ ਨਾਲ ਜੁੜ ਕੇ ਆਪਣਾ ਲਾਭ ਉਠਾਓ, ਆਓ ਆਪਾਂ ਰਲ ਕੇ ਨਵਾਂ ਇਨਕਲਾਬ ਲਿਆਈਏ ਅਤੇ ਕਿਸਾਨ ਨੂੰ ਬਚਾਈਏ। ਹਾਂਜੀ ਹੀਰਾ ਜੀ, ਤੁਸੀਂ ਦੱਸੋ ਬਈ ਤੁਹਾਡੀ ਸਾਂਝ ਸੁਸਾਇਟੀ ਜਿਹੜੀ ਹੈਗੀ ਆ ਤੁਸੀਂ ਇਹਦੇ 'ਚ ਕੰਮ ਕਰਦੇ ਆ, ਅਤੇ ਨਾਲ ਤੁਸੀਂ ਕਿੰਨੇ ਕਿਸਾਨ ਤੁਹਾਡੇ ਨਾਲ ਜੁੜੇ ਹੋਏ ਆ ਇਸ ਟਾਈਮ 'ਤੇ? ਇਹਦੇ ਵਿੱਚ ਜੀ ਘੱਟੋ ਘੱਟ 8 ਦੇ ਗਰੀਬ ਕਿਸਾਨ ਹੈਗੇ ਜਿਹੜੇ ਦਿੰਦੇ ਆ ਕਿਸਾਨ ਖੇਤੀ ਆ। ਅੱਛਾ, ਕੋਈ ਮਸ਼ੀਨਰੀ ਗਰੁੱਪ ਵੀ ਤੁਸੀਂ ਤਿਆਰ ਕੀਤਾ ਹੋਇਆ ਜਿਹਦੇ ਨਾਲ ਕਿਸਾਨਾਂ ਨੂੰ ਅੱਜ ਬਹੁਤ ਮਹਿੰਗੀ ਮਸ਼ੀਨਰੀ ਮਿਲ ਰਹੀ ਆ, ਅਤੇ ਜਿਹੜੀ ਆਪਾਂ ਉਸ ਮਸ਼ੀਨਰੀ ਨੂੰ ਜਿਹੜਾ ਸਸਤੀ ਕਿਸਾਨ ਨੂੰ ਤੱਕ ਪਹੁੰਚ ਹੋਵੇ? ਹਾਂਜੀ, ਅਸੀਂ ਹੁਣ ਨਵਾਂ ਇੱਕ ਮਸ਼ੀਨਰੀ ਗਰੁੱਪ ਬਣਾ ਰਹੇ ਹਾਂ ਜਿਹਦੇ ਵਿੱਚ ਜਿਹੜੇ ਆਪਣੇ ਨਾਲ ਰੈਗੂਲਰ ਕਿਸਾਨ ਜੁੜਨਗੇ ਸੁਸਾਇਟੀ ਨਾਲ ਤੋਂ ਸੌਦਾ ਖਰੀਦਣਗੇ, ਉਹਨਾਂ ਨੂੰ ਜਿਹੜਾ ਘੱਟ ਰੇਟ 'ਤੇ ਉਹਨਾਂ ਦੀ ਜਿਹੜੀ ਖੇਤੀ ਦੀ ਉਗਾਈ ਕੀਤੀ। ਅੱਛਾ ਜੀ, ਉਹਦੇ ਨਾਲ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੂਗਾ ਜਾਂ ਟਰੈਕਟਰ ਚਲਾਉਣ ਵਾਲਿਆਂ ਨੂੰ? ਹਾਂਜੀ ਹਾਂਜੀ। ਅੱਛਾ ਜੀ, ਅਤੇ ਠੀਕ ਹੈ। ਅੱਛਾ ਜੀ, ਬਹੁਤ ਧੰਨਵਾਦ ਜੀ ਤੁਹਾਡਾ। ਸਾਰੇ ਵੀਰਾਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਅੱਜ ਲੋੜ ਆ ਸਾਨੂੰ ਇਕੱਠੇ ਹੋ ਕੇ ਕੰਮ ਕਰਨ ਦੀ, ਸਾਂਝ ਨੂੰ ਅੱਗੇ ਵਧਾਈਏ। ਇਹ ਜਿਹੜੀਆਂ ਪੁਰਾਣੀਆਂ ਸਾਂਝਾਂ ਹੁੰਦੀਆਂ ਸੀ ਅੱਜ ਤੋਂ 60-65 ਸਾਲ, ਉਹੀ ਸਾਂਝਾਂ ਅਸੀਂ ਦੂਰੀ ਵਾਰ ਨਵੀਂ ਤਕਨੀਕ ਦੇ ਵਿੱਚ ਲੈ ਕੇ ਆਏ ਹਾਂ। ਮੇਰਾ ਨੰਬਰ ਹੈਗਾ 98-888-012-15, ਸੰਪਰਕ ਕਰੋ, ਅਤੇ ਸਾਡਾ ਜਿਹੜਾ ਆਫਿਸ ਦਾ ਨੰਬਰ ਹੈਗਾ 85075-33-331 'ਤੇ ਤੁਸੀਂ ਸੰਪਰਕ ਕਰੋ। ਇੰਨੇ ਕਹਿੰਦੇ ਖੀਮਾ ਜੱਜਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।